Gurparsadi Jeevat Marey ज्ञान दता है कहिंदे गुर प्रसादी जीवत मरे हुक्मे बूझै सोए कहिंदे हुक्म नूं ओही बुझ सकदा है परवान ओही हो सकदा है जेड़ा जीवत मरे ਜੀਂਦਿਆਂ ਮਰੇ ਬੜਾ ਪਿਆਰਾ ਕਨਸੈਪਟ ਹੈ ਜੀ ਅਸ਼ੀਦੀ ਦਿਹਾੜੇ ਚੱਲ ਰਹੇ ਨੇ ਅੱਜ ਦੇ ਦਿਹਾੜੇ ਦੇ ਵਿੱਚ ਸਤ ਸੰਗਤ ਚਮਕੌਰ ਦੀ ਜੰਗ ਮੁਕੰਮਲ ਹੋ ਚੁੱਕੀ ਹੈ ਸਾਹਿਬਜ਼ਾਦੇ ਸ਼ਹੀਦੀਆਂ ਪਾ ਚੁੱਕੇ ਨੇ ਉੱਧਰ ਕਚਹਿਰੀ ਦਾ ਸੀਨ ਚੱਲਦਾ ਪਿਆ ਕਈ ਸਿੰਘ ਮਰਜੀਵੜੇ ਸਿੰਘ ਆਪਣੀ ਜਿੰਦ ਗੁਰੂ ਤੋਂ ਨਿਸ਼ਾਵਰ ਕਰ ਗਏ ਸੋਚਣ ਵਾਲੀ ਗੱਲ ਦੁਨੀਆਂ ਦਾ ਐਸਾ ਇਤਿਹਾਸ ਕਿਸੇ ਕੋਲ ਵੀ ਨਹੀਂ ਹੋਣਾ ਜੋ ਕਰਮਾਂ ਵਾਲਿਓ ਤੁਹਾਡੇ ਕੋਲ ਇਤਿਹਾਸ ਹੈ ਉਹ ਲਾਸਾਨੀ ਜੰਗ 10 ਲੱਖ ਦੀ ਸੈਨਾ ਔਰ ਤਕਰੀਬਨ 42 ਕੁ ਸਿੰਘ ਤਕਰੀਬਨ 40 ਸਿੰਘ 2 ਸਾਹਿਬਜ਼ਾਦੇ ਮਹਾਰਾਜ ਨਾਲ ਮੇਰਾ ਬੋਲਣਾ ਬਹੁਤ ਸੌਖਾ ਹੈ ਤੁਹਾਡਾ ਸੁਣਨਾ ਬਹੁਤ ਸੌਖਾ ਖਾਲੀ 10 ਲੱਖ ਬੰਦਾ ਖੜਾ ਕਰਕੇ ਦਿਖਾਓ ਦੂਸਰਾ ਪਰਲਾ ਕੰਡਾ ਸਾਧ ਸੰਗਤ ਬੰਦਾ ਦੇਖ ਨਹੀਂ ਸਕਦਾ ਪਰਲਾ ਕੰਡਾ ਮਤਲਬ ਇੰਨੀ ਸੈਨਾ ਵੇਖ ਕੇ ਇੰਨਾ ਬੰਦਾ ਵੇਖ ਕੇ ਚੰਗੇ ਚੰਗੇ ਦਾ ਦਿਲ ਦਹਿਲ ਜਾਏ ਚੰਗੇ ਚੰਗੇ ਦਾ ਦਿਲ ਥਿੜਕ ਜਾਏ ਧੰਨ ਨੇ ਇਹ ਗੁਰੂ ਕੇ ਲਾਲ ਜਿਹੜੇ ਚਮਕੌਰ ਦੀ ਗੜੀ ਚ ਸਾਧ ਸੰਗਤ ਜਦੋਂ ਜਥਾ ਤਿਆਰ ਹੋਣ ਲੱਗਾ ਬਾਜਾਂ ਵਾਲੇ ਵੱਲੋਂ ਕਿ ਪਹਿਲਾ ਜਥਾ ਕਿਹੜਾ ਬਾਹਰ ਨਿਕਲੇਗਾ ਤੇ ਇੱਕ ਦੂਜੇ ਤੋਂ ਅੱਗੇ ਹੋ ਕੇ ਆਪਣਾ ਨਾਮ ਦਿੰਦੇ ਪਏ ਨੇ ਮਹਾਰਾਜ ਪਹਿਲੇ ਜਥੇ ਚ ਮੈਨੂੰ ਪਹਿਲੇ ਜਥੇ ਚ ਮੈਨੂੰ ਪਹਿਲੇ ਜਥੇ ਚ ਮੇਰੀ ਯਾਰ ਕਮਾਲ ਹੋ ਮੋਹੇ ਮਰਨੇ ਕਾ ਚਾਓ ਹੈ ਮਰੋ ਤੋਂ ਹਰ ਕੇ ਦੁਆਰ ਕਮਾਲ ਹੋ ਦਾਸ ਕਈ ਵਾਰੀ ਸੋਚਦਾ ਗੁਰੂ ਵਾਸਤੇ ਕੌਣ ਮਰ ਸਕਦਾ ਬਰੀਕੀ ਚ ਸੋਚੋ ਕਦੇ ਗੁਰੂ ਵਾਸਤੇ ਕੌਣ ਮਰ ਸਕਦਾ ਕੌਣ ਗੁਰੂ ਵਾਸਤੇ ਮਰੇਗਾ ਗੁਰੂ ਲਈ ਮਰੇਗਾ ਲਈ ਮੈਂ ਬੋਲ ਰਿਹਾ ਗੁਰੂ ਲਈ ਉਹ ਮਰੇਗਾ ਜਿਹੜਾ ਪਹਿਲੇ ਹੀ ਗੁਰੂ ਅੱਗੇ ਮਰਿਆ ਹੋਵੇ ਆਖੋ ਸਤਨਾਮ ਜਿਹੜਾ ਪਹਿਲੇ ਗੁਰੂ ਅੱਗੇ ਮਰਿਆ ਹੋਵੇ ਜੀਵਤ ਮਰਿਆ ਹੋਵੇ ਗੁਰਪ੍ਰਸਾਦੀ ਜੀਵਤ ਮਰਿਆ ਜਿਹੜਾ ਹਲੇ ਗੁਰੂ ਅੱਗੇ ਹੀ ਨਹੀਂ ਮਰਿਆ ਉਹ ਗੁਰੂ ਲਈ ਕਦੇ ਨਹੀਂ ਮਰ ਸਕੇ 10 ਲੱਖ ਦੀ ਸੈਨਾ ਕਿ ਸਿੰਘਾਂ ਨੂੰ ਨਹੀਂ ਪਤਾ ਕਿ ਜਦੋਂ ਗੜੀ ਦਾ ਬੂਹਾ ਖੁੱਲਣਾ ਅਸੀਂ ਬਾਹਰ ਜਾਣਾ 7 ਸਰੀਰਾਂ ਨੇ 5 ਸਰੀਰਾਂ ਨੇ ਬਾਹਰ ਜਾਣਾ ਔਰ ਲੱਖਾਂ ਦੀ ਸੈਨਾ ਅੱਗੇ ਹੈ ਹਜ਼ਾਰਾਂ ਸਰੀਰ ਟੁੱਟ ਕੇ ਪੈਣਗੇ ਕਿੰਨੇ ਕੁ ਸਰੀਰ ਤੇ ਜ਼ਖਮ ਹੋਣਗੇ ਫੱਟ ਹੋਣਗੇ ਕੀ ਸਿੰਘਾਂ ਨੂੰ ਪਤਾ ਨਹੀਂ ਸਭ ਪਤਾ ਸੀ ਇੰਨੇ ਜ਼ਖਮ ਹੋਣਗੇ ਕਿ ਸੀਂਦਿਆਂ ਬੰਦਾ ਸੀਂਦਿਆਂ ਥੱਕ ਜਾਏਗਾ ਜ਼ਖਮ ਨਹੀਂ ਮੁੱਕਣਗੇ ਸਭ ਪਤਾ ਸੀ ਕਿਤਨੀ ਕੱਟ ਵੱਟ ਹੋਣੀ ਇਹ ਵੀ ਪਤਾ ਸੀ ਪਰ ਸਤ ਸੰਗਤ ਇਹੀ ਤਾਂ ਮੁਹੱਬਤ ਹੈ ਕਦੇ ਪਤੰਗੇ ਨੂੰ ਕਹੋ
दीवे दी लौ जल्दी पी है, और ना जा नेड़े सड़ जाएगा, ना जा पता है जावांगा सड़ांगा मरांगा फिर जांदा है। क्यों कहने मेरा जीवन है, वो जीवन किवें है, वो तो मौत है, वो तो मौत है, वो लो मौत है। कहते ओदे विचों ही तो मैनू खेड़ा मिलता है, खसतना खेड़ा मिलता पवरे नूं कहा गया ओए उड़, कमल दियां पंखड़ियां बंद होण लगियां ने, मर जाएगा छड हुण रस, उड़ जा उड़ जा। ओ कहिंदे मरना मंजूर है रस छड़ना मंजूर नहीं, आखो सतनाम वाहिगुरु। पातशाह कहिंदे कहिंदे भवर तुम्हारा एहो मन होवो, हर चरणा ओहो कोला। दलील देख के सतगुरु ने दसिया कहिंदे ए मन तेरा भवरे की न्याई बने, भवरा बन जाए तेरा मन, ते हरी दे चरण वाहगुरु जी दे चरण कमल फुल दी तरह बन जाए, हर चरना हो जिवें भवरा कमल दा रस नहीं छड़ सकता मरदा मर जांदा, रस नहीं छड़दा साहिब कहिंदे ओ देखी सिखा मरदा मर जाई गुरु दे चरणा दा रस ना छड़ियां को सतना वाहिगुरु। बस आई तो गल ओ जिहड़े सिंह चमकौर दी गड़ी भवरे ही सन जी, मरना कबूल सी रस छड़ना मंजूर नहीं सी।